ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹੁਣੇ-ਹੁਣੇ ਇੱਥੇ ਸਰਕਾਰ ਨੇ ਕਰਤਾ ਮੁਕੰਮਲ ਲਾਕਡਾਊਨ ਵਿਆਹਾਂ ਤੇ ਵੀ ਲਗਾਈ ਪੂਰਨ ਰੋਕ ਪੂਰੀ ਵੀਡੀਓ ਅੰਤ ਤੱਕ ਦੇਖਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਵੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ कोरोना ਸੰਕਟ ਵਿਚਾਲੇ ਰਾਜਸਥਾਨ ਸਰਕਾਰ ਨੇ ਰਾਜ ਦੇ ਵਿੱਚ ਲੋਕਡਾਊਨ ਲਗਾਉਣ ਦਾ ਫੈਸਲਾ ਕੀਤਾ ਸੀਐਮ ਅਸ਼ੋਕ ਗਹਿਲੋਤ ਦੀ ਸਰਕਾਰ ਨੇ ਰਾਜਸਥਾਨ ਦੇ ਵਿੱਚ ਲੋਕਡਾਊਨ ਲਾ ਦਿੱਤਾ ਹੈ ਰਾਜਸਥਾਨ ਦੇ ਵਿੱਚ 10 ਮਈ ਸਵੇਰੇ 5 ਵਜੇ ਤੋਂ 24 ਮਈ ਦੀ ਸਵੇਰੇ 5 ਵਜੇ ਤੱਕ ਲੋਕਡਾਊਨ ਰਹੇਗਾ ਇਹੀ ਨਹੀਂ ਰਾਜ ਦੇ ਵਿੱਚ 31 ਮਈ ਤੱਕ ਵਿਆਹ ਸਮਾਗਮਾਂ ਤੇ ਰੋਕ ਰਹੇਗੀ ਨਾਲ ਹੀ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਹੋਰ ਸਾਰੀਆਂ ਸਰਗਰਮੀਆਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ ਸੀਐਮ ਅਸ਼ੋਕ ਗਹਿਲੋਤ ਨੇ ਕੈਬਨਟ ਬੈਠਕ ਤੋਂ ਬਾਅਦ ਸੰਪੂਰਨ ਲੋਕਡਾਊਨ ਲਾਉਣ ਦਾ ਐਲਾਨ ਕੀਤਾ ਲੋਕਡਾਊਨ ਦੇ ਨਿਯਮਾਂ ਦੇ ਤਹਿਤ ਰਾਜ ਵਿੱਚ ਵਿਆਹਾਂ ਦੇ ਨਾਲ ਸਬੰਧਤ ਕਿਸੇ ਪ੍ਰਕਾਰ ਦੇ ਸਮਾਗਮ ਡੀਜੇ ਬਰਾਤ ਅਤੇ ਨਿਕਾਸੀ ਅਤੇ ਪਾਰਟੀ ਆਦਿ ਦੀ ਮਨਜ਼ੂਰੀ 31 ਮਈ ਤੱਕ ਨਹੀਂ ਹੋਵੇਗੀ ਵਿਆਕਰਹੀ ਅਤੇ ਕੋਟ ਵਿਆਹ ਦੇ ਰੂਪ ਵਿੱਚ ਹੀ ਕਰਨ ਦੀ ਮਨਜ਼ੂਰੀ ਹੋਵੇਗੀ ਜਿਸ ਵਿੱਚ 11 ਵਿਅਕਤੀ ਸ਼ਾਮਲ ਹੋਣਗੇ ਜਿਸ ਦੀ ਸੂਚਨਾ ਵੈੱਬ ਪੋਰਟਲ covidinfo.rajasthan.gov.in ਤੇ ਦੇਣੀ ਹੋਵੇਗੀ ਵਿਆਹ ਵਿੱਚ ਬੈਡ ਵਾਂਜੇ ਹਲਵਾਈ ਟੈਂਟ ਜਾਂ ਇਸ ਪ੍ਰਕਾਰ ਦੇ ਕਿਸੇ ਹੋਰ ਵਿਅਕਤੀ ਦੇ ਸ਼ਾਮਲ ਹੋਣ ਦੀ ਮਨਜ਼ੂਰੀ ਨਹੀਂ ਹੋਵੇਗੀ ਵਿਆਹ ਦੇ ਲਈ ਟੈਂਟ ਹਾਊਸ ਤੇ ਹਲਵਾਈ ਨਾਲ ਸੰਬੰਧਿਤ ਕਿਸੇ ਵੀ ਪ੍ਰਕਾਰ ਦੇ ਸਮਾਨ ਦੀ ਹੋਮ ਡਿਲੀਵਰੀ ਨਹੀਂ ਕੀਤੀ ਜਾ ਸਕੇਗੀ ਮਨਰੇਗਾ ਵਿਧੇ ਕੰਮ ਮੁltavi ਰਹਿਣਗੇ ਸਬੰਧ ਦੇ ਵਿੱਚ ਦਿਹਾਤੀ ਵਿਕਾਸ ਵਿਭਾਗ ਵਿਸਥਾਰ ਦਿਸ਼ਾ ਨਿਰਦੇਸ਼ ਜਾਰੀ ਕਰੇਗਾ ਸਾਰੇ ਧਾਰਮਿਕ ਸਥਾਨ ਬੰਦ ਰਹਿਣਗੇ ਲੋਕਾਂ ਨੂੰ ਅਪੀਲ ਹੈ ਕਿ ਘਰ ਦੇ ਵਿੱਚ ਰਹਿ ਕੇ ਹੀ ਪੂਜਾ ਅਰਚਨਾ ਇਬਾਦਤ ਅਤੇ ਅਰਦਾਸ ਕਰਨ ਹਸਪਤਾਲ ਦੇ ਵਿੱਚ ਕੋਵਿਡ ਪੋਜ਼ਿਟਿਵ ਮਰੀਜ਼ਾਂ ਦੀ ਦੇਖਪਾਲ ਲਈ ਅਟੈਂਡਡ ਦੇ ਸਬੰਧ ਵਿੱਚ ਡਾਕਟਰੀ ਵਿਭਾਗ ਲਈ ਵੱਖਰੀ ਗਾਈਡਲਾਈਨ ਜਾਰੀ ਕਰੇਗਾ ਮੈਡੀਕਲ ਸੇਵਾਵਾਂ ਤੋਂ ਇਲਾਵਾ ਹਰ ਤਰ੍ਹਾਂ ਦੇ ਨਿੱਜੀ ਅਤੇ ਸਰਕਾਰੀ ਟਰਾਂਸਪੋਰਟ ਸਾਧਨ ਜਿਵੇਂ ਕਿ ਬੱਸ ਜੀਪ ਆਦ ਪੂਰੀ ਤਰ੍ਹਾਂ ਬੰਦ ਰਹਿਣਗੇ ਬਰਾਤ ਦੇ ਆਉਣ ਜਾਣ ਲਈ ਬੱਸ ਆਟੋ ਟੈਂਪੂ ਟਰੈਕਟਰ ਜੀਪ ਆਦਿ ਦੀ ਮਨਜ਼ੂਰੀ ਨਹੀਂ ਹੋਵੇਗੀ